ਸਤਿ ਸ੍ਰੀ ਅਕਾਲ ਦੋਸਤੋ, ਮੈਂ ਲਵਲ ਔਜਲਾ ਵਿਜ਼ਿਟ ਪੰਜਾਬ ਚੈਨਲ 'ਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ। ਅਤੇ ਅੱਜ ਤੁਹਾਡੀ ਵਿਜ਼ਿਟ ਬੈਰਕਪੁਰ ਅਤੇ ਉਹਦੀ ਮਾਰਕੀਟ ਨਾਲ ਕਰਾਉਣ ਜਾ ਰਿਹਾ ਹਾਂ, ਅਤੇ ਨਾਲ ਹੀ ਅਸੀਂ ਮਿੱਛੀ ਦਾ ਪਿੰਡ ਵੀ ਜਾਵਾਂਗੇ। ਇਹ ਜੀ ਹੋਟਲ ਦੀ ਬਿਲਡਿੰਗ ਦੇ ਉੱਪਰੋਂ ਮੈਂ ਤੁਹਾਨੂੰ ਬੈਰਕਪੁਰ ਦਾ ਸ਼ਹਿਰ ਦਿਖਾ ਰਿਹਾ, ਸਾਰਾ ਆਲੇ ਦੁਆਲੇ ਦਾ ਸਾਰਾ ਇਲਾਕਾ ਹੈ। ਆ ਜੀ ਬੈਰਕਪੁਰ ਚੌਂਕ ਦੇ ਵਿੱਚ ਹੀ ਇੱਕ ਚਾਹ ਦੀ ਬਹੁਤ ਪੁਰਾਣੀ ਦੁਕਾਨ ਹੈ। ਚਾਹ ਨੂੰ ਬਣਾਉਣ ਦਾ ਤਰੀਕਾ ਥੋੜ੍ਹਾ ਅਲੱਗ ਹੈ, ਪਰ ਬਣਦੀ ਅੱਛੀ ਹੈ। ਅਤੇ ਇਸਦਾ ਪ੍ਰਾਈਸ ਸਿਰਫ 2 ਰੁਪਈਏ ਅੱਜ ਦੇ ਜ਼ਮਾਨੇ 'ਚ ਹੋ ਗਈ। ਇੱਥੇ ਗਲੀ ਮੁਹੱਲੇ ਵਿੱਚ ਜਿਹੜੀਆਂ ਚਾਹ ਦੀਆਂ ਦੁਕਾਨਾਂ ਨੇ ਉਹ ਸਵੇਰੇ ਕੁਝ ਘੰਟਿਆਂ ਲਈ ਖੁੱਲ੍ਹਦੀਆਂ ਨੇ, ਉਸ ਤੋਂ ਬਾਅਦ ਉਹ ਸਾਰੇ ਦਿਨ ਬੰਦ ਰਹਿੰਦੀਆਂ ਨੇ। ਪੰਜਾਬੀ ਢਾਬਾ ਇੱਥੇ ਬੈਰਕਪੁਰ ਦੇ ਵਿੱਚ ਪੰਜਾਬ ਦੇ ਨੇ, ਸ਼ੁਰੂ ਤੋਂ ਇੱਥੇ ਰਹਿੰਦੇ ਨੇ। ਇਹ ਜੀ ਇੱਛਾਪੁਰ ਦੇ ਵਿੱਚ ਗੁਰਦੁਆਰਾ ਹੈ। ਚਲੀਏ। ਇਹ ਜੀ ਜਫਰਪੁਰ ਦਾ ਚੌਂਕ ਹੈ ਅਤੇ ਲਾਗੇ ਸਾਰੀ ਮਾਰਕੀਟ ਹੈ। ਉਹ ਸੜਕ ਜਾਂਦੀ ਸਿੱਧੀ ਬੈਰਕਪੁਰ ਨੂੰ। ਇਹ ਜੀ ਪੁਰਾਣਾ ਡਾਕਖਾਨਾ, ਅੱਜ ਵੀ ਉੱਦਾਂ ਦਾ ਉੱਦਾਂ ਹੀ ਹੈ। ਇਹ ਜਫਰਪੁਰ ਦਾ ਤਲਾਬ ਹੈ ਜੀ। ਆ ਜੀ ਬੈਰਕਪੁਰ ਚਿੜੀਆ ਮੋੜ ਦੇ ਲਾਗੇ ਗੁਪਤਾ ਸਿਨੇਮਾ। ਬਾਹਰ ਇਹਨਾਂ ਦੇ ਲਾਗੇ ਹੈ ਪੰਜਾਬੀ ਰੈਸਟੋਰੈਂਟ। ਇਹ ਜੀ ਅਤਿੰਦਰ ਸਿਨੇਮਾ ਬੈਰਕਪੁਰ। ਚਾਹ ਦੀਆਂ ਸਾਰੀਆਂ ਦੁਕਾਨਾਂ ਦੇ ਵਿੱਚ ਤੁਹਾਨੂੰ ਆ ਸੇਮ ਬ੍ਰੈਡ ਅਤੇ ਬਿਸਕੁਟ ਦੇਖਣ ਨੂੰ ਮਿਲਣਗੇ।
ਜਫਰਪੁਰ ਤੋਂ ਬੈਰਕਪੁਰ ਜਾਂਦੇ ਹੋਏ ਰਾਹ ਦੇ ਵਿੱਚ ਆਹ ਰੇਲਵੇ ਫਾਟਕ ਆਉਂਦਾ ਹੈ। ਜਦੋਂ ਤੱਕ ਤੁਹਾਨੂੰ ਚਾਹ ਦਾ ਸਵਾਦ ਆਉਣ ਲੱਗਦਾ ਹੈ ਉਨੇ ਚਿਰ ਨੂੰ ਤੁਹਾਡੀ ਚਾਹ ਮੁੱਕ ਜਾਂਦੀ ਹੈ। ਉਸ ਚਾਹ ਦੇ ਕੱਪ ਇੱਥੇ ਇੰਨੇ ਛੋਟੇ ਨੇ। ਬੈਰਕਪੁਰ ਦੇ ਵਿੱਚ ਇੱਕ ਮਿਠਾਈ ਦੀ ਸ਼ੋਪ, ਸਾਰੀ ਇਹਨਾਂ ਦੀ ਮਿਠਾਈਆਂ ਨੇ। ਜ਼ਿਆਦਾ ਇੱਥੇ ਫੇਮਸ ਮਿੱਠਾ ਦਹੀਂ ਨੇ, ਜਿਹਨੂੰ ਮਿਸ਼ਟੀ ਦਹੀਂ ਕਹਿੰਦੇ ਨੇ। ਇਹ ਜੀ ਬੈਰਕਪੁਰ ਸਟੇਸ਼ਨ ਦੇ ਬਾਹਰ ਦੀ ਮਾਰਕੀਟ ਹੈ। ਉਹ ਸਾਹਮਣੇ ਬੈਰਕਪੁਰ ਦਾ ਸਟੇਸ਼ਨ ਹੈ। ਇਹ ਸਾਰੀ ਲਾਗੇ ਦੀ ਮਾਰਕੀਟ, ਪਹਿਲੇ ਇਸ ਜਗ੍ਹਾ 'ਤੇ ਇੱਟਾਂ ਦੀ ਸੜਕ ਹੁੰਦੀ ਸੀਗੀ, ਉਹ ਬਹੁਤ ਸ਼ਾਈਨ ਕਰਦੀ ਸੀਗੀ। ਬਾਅਦ 'ਚ ਇਹਨਾਂ ਨੇ ਫਿਰ ਆਹ ਸੜਕ ਪਾ ਦਿੱਤੀ ਉੱਪਰ। ਮੈਨੂੰ ਯਾਦ ਹੈ ਉਸ ਵਕਤ ਮੈਂ ਅਤੇ ਡੈਡੀ ਸਟੇਸ਼ਨ ਤੋਂ ਜਫਰਪੁਰ ਜਦ ਜਾਂਦੇ ਹੁੰਦੇ ਸੀਗੇ ਤਾਂ ਰਾਹ 'ਚ ਇੱਕ ਸਾਈਕਲ ਦੀ ਦੁਕਾਨ ਆਉਂਦੀ ਸੀਗੀ, ਉਹ ਅੰਕਲ ਰੋਜ਼ ਕਿਸ਼ੋਰ ਕੁਮਾਰ ਦਾ ਇੱਕ ਗਾਣਾ ਲਾ ਕੇ ਬੈਠਦੇ ਹੁੰਦੇ ਸੀਗੇ, ਅਤੇ ਮੈਂ ਅਤੇ ਡੈਡੀ ਵੀ ਸੁਣਦੇ ਹੁੰਦੇ ਸੀਗੇ ਜਾ ਕੇ। ਸਾਨੂੰ ਇਹ ਗਾਣਾ ਬਹੁਤ ਅੱਛਾ ਲੱਗਦਾ ਸੀਗਾ ਅਤੇ ਅੱਜ ਵੀ ਬਹੁਤ ਅੱਛਾ ਲੱਗਦਾ ਹੈ, ਅਤੇ ਉਹ ਗਾਣਾ ਮੈਂ ਗਾ ਕੇ ਤੁਹਾਡੇ ਨਾਲ ਥੋੜ੍ਹਾ ਸਾਂਝਾ ਕਰਨਾ ਚਾਹਾਂਗਾ। ਸੌਂਗ ਜੀ ਕਿਸ਼ੋਰ ਕੁਮਾਰ ਦਾ ਹੈ। ਆਤੇ ਜਾਤੇ ਖੂਬਸੂਰਤ ਆਵਾਰਾ ਸੜਕੋਂ ਪੇ ਕਭੀ ਕਭੀ ਇਤਫਾਕ ਸੇ ਕਿਤਨੇ ਅਨਜਾਨ ਲੋਕ ਮਿਲ ਜਾਤੇ ਹੈਂ ਉਨਮੇਂ ਸੇ ਕੁਛ ਲੋਕ ਭੁੱਲ ਜਾਤੇ ਹੈਂ ਕੁਛ ਯਾਦ ਰਹਿ ਜਾਤੇ ਹੈਂ। ਐਨ ਬੈਨਰਜੀ ਰੋਡ ਹੈ, ਸਾਹਮਣੇ ਰੇਲਵੇ ਸਟੇਸ਼ਨ ਹੈ ਬੈਰਕਪੁਰ ਕਾ। ਇਹ ਜੀ ਚਿੜੀਆ ਮੋੜ ਹੈ। ਸਾਹਮਣੇ ਸਟੇਸ਼ਨ ਨੂੰ ਜਾਂਦੀ ਹੈ ਰੋਡ।
बैरकपुर तो हावड़ा जाने वास्ते तुहानू नौका करनी पैनी इत्थों। ये समुंदर है जी सारा। ये जी मच्छियाँ फड़ते ने बेच कई नावों ने बेच इतना यही सारी मार्केट है, वो सामने रेलवे स्टेशन है कोलाघाट। ये जी कोलाघाट रेलवे स्टेशन के बाहर मार्केट है फुलों की। हुण जी आपां इस वक्त मिचदा पिंड विच आ चुके हैं। ये जी शहर तो दूर थोड़ा पेंडू इलाका आ जाता है। इत्थे तुहानूं हर घर के बाहर एक दो तलाब मिल जाएंगे। इत्थे हर घर विच रहने वाले दे दो या तीन अपने परसनल तलाब होंदे ने, जिहदे विच मच्छियां भी पालदे ने। तो इस तलाब के पानी के नाल वो नहा लैंदे ने, अपने कपड़े भी धो लैंदे ने ते बर्तन भी। ये काफ़ी हद तक अपने तलाब नूं साफ रखने की कोशिश करते ने। हुण जी असीं बस दे विच डीगा बीच जा रहे हैं। मिचदा तो
ਰੀਗਾ ਬੀਚ ਜਾਣ ਦਾ ਸਫ਼ਰ ਬੱਸ ਦੇ ਵਿੱਚ ਕਰੀਬ 3 ਘੰਟੇ ਹੈ। ਮੈਨੂੰ ਲੱਗਦਾ ਹੈ ਸਾਨੂੰ ਰਾਤ ਪੈ ਜਾਏਗੀ ਅਤੇ ਰਾਤ ਪਹੁੰਚਦੇ ਨੂੰ ਪੈ ਹੀ ਗਈ। ਸਮੁੰਦਰ ਨੂੰ ਚੰਗੀ ਤਰ੍ਹਾਂ ਦੇਖ ਤਾਂ ਨਹੀਂ ਸਕਦੇ, ਲੇਕਿਨ ਹਵਾ ਨੂੰ ਮਹਿਸੂਸ ਕਰ ਸਕਦੇ ਹਾਂ ਅਤੇ ਆਵਾਜ਼ਾਂ ਨੂੰ ਸੁਣ ਸਕਦੇ ਹਾਂ। ਸਮੁੰਦਰ ਅਤੇ ਉਹਦੀ ਇਹ ਆਵਾਜ਼, ਇਹ ਵਹਿੰਦੀ ਹੋਈ ਹਵਾ ਮਨ ਨੂੰ ਕਾਫ਼ੀ ਸਕੂਨ ਦਿੰਦੀ ਹੈ। ਹਾਂ ਜੀ, ਜਿਸ ਮੁੰਡੇ ਕੋਲ ਮੈਂ ਰਿਹਾ ਸੀਗਾ ਕੋਚੀ, ਮੇਰੇ ਦੋਸਤ ਉਹਦੇ ਮਾਮੇ ਨੇ, ਉਹਨਾਂ ਦਾ ਤਲਾਬ ਹੈ। ਅਤੇ ਆਓ ਜੀ, ਮੈਂ ਤੁਹਾਨੂੰ ਹੁਣ ਆਹ ਪਿੰਡ ਮਚੇਤਾ ਦਿਖਾ ਦੇਵਾਂ। ਇਹ ਜੀ ਪਿੰਡ ਦਾ ਇੱਕ ਸਰਕਾਰੀ ਸਕੂਲ। ਚੰਗਾ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਮਿਲਦੇ ਹਾਂ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਦੇ ਵਿੱਚ।